ਗਾਈਸ ਕੀ ਹਾਲ ਚਾਲ ਨੇ, ਉਮੀਦ ਕਰਦਾ ਸਾਰੇ ਵਧੀਆ ਹੋਣਗੇ। ਇਹ ਹੈਗਾ ਸੋਨਾਲੀਕਾ 42। ਆਹ ਵੇਖੋ, ਆਹ ਵੀਰ ਨੇ ਨਾ ਇੱਕ ਘੂਸਾ ਕੰਮ ਕੀਤਾ, ਇਹਨੂੰ ਸਟਿੱਕਰ ਬੜੇ ਘੈਂਟ ਲਵਾਏ, 35 ਵਾਲੇ ਸਟਿੱਕਰ ਲਵਾਏ ਇਹਨੇ। ਅਤੇ ਬਾਕੀ ਵੇਖ ਹੀ ਸਕਦੇ ਤੁਸੀਂ, ਸਲੈਂਸਰ ਵੀ ਪੂਰਾ ਹਿਲਦਾ ਵਾ, ਆਹ ਚੂੜੀ ਗਈ ਇਹਦੀ, ਠੀਕ ਆ। ਅਤੇ ਬਾਕੀ ਇਹਨੇ ਅੱਗੇ ਵੇਖੋ ਹੋਰਨ ਬੜੇ ਤਕੜੇ ਲਵਾਏ ਆ, ਇੱਕ ਲਾਈਟ ਵੀ ਅੰਨਾ ਹੈਗਾ ਵਿਚਾਰਾ ਕੀ ਕਰੇ, ਅਤੇ ਪਿੱਛੇ ਸਪੀਕਰ ਵੀ ਲੱਗਾ ਵਾ। ਅਤੇ ਆਹ ਵੀਰ ਹੈਗਾ, ਇਹਨੂੰ ਪੁੱਛਦੇ ਹਾਂ ਕਿਹੜਾ ਮਾਡਲ ਹੈਗਾ, ਦੱਸੋ ਵੀਰ ਜੀ ਕਿਹੜਾ ਮਾਡਲ ਹੈ। 11 ਮਾਡਲ ਹੈ ਭਾਈ। ਅੱਛਾ, ਕਾਪੀ ਨਹੀਂ ਹੈਗੀ ਭਾਈ? ਕਾਪੀ ਨਹੀਂ ਹੈਗੀ ਜੀ, ਉਦਾਂ ਮੇਰੇ ਖਿਆਲ ਲੋਨ ਤੇ ਹੋਣਾ ਜੀ। ਤੇ ਨੰਬਰ ਕਿੱਥੋਂ ਦਾ ਭਾਜੀ? ਹਿਮਾਚਲ ਦੇ ਆ। ਹਿਮਾਚਲ ਦਾ ਵਾ? ਹਾਂਜੀ। ਤੇ ਹੋਰ ਡਿਟੇਲ ਦੱਸੋ, ਇਹ ਸੋਨਾਲੀਕਾ ਟਰੈਕਟਰ ਕਿੱਦਾਂ, ਜੇ ਚੱਲਣ 'ਚ ਕਿੱਦਾਂ ਦਾ ਹੈਗਾ? ਵਧੀਆ ਭਾਜੀ, ਵਧੀਆ, ਸੀਟੀਆਂ ਪੂਰੀਆਂ ਮਾਰਦਾ। ਅੱਛਾ, ਸੀਟੀ ਮਾਰਦਾ, ਸਟਾਰਟ ਕਰਕੇ ਵਿਖਾਓਗੇ ਸੀਟੀ ਕਿੱਦਾਂ ਦੀ ਮਾਰਦਾ ਇਹ ਭਾਜੀ? ਭਾਜੀ ਇਹ ਡੈੱਕ ਲੱਗਾ ਵਾ, ਡੈੱਕ ਵੇਖ ਹੀ ਸਕਦੇ ਤੁਸੀਂ, ਪਿੱਛੇ ਹੈਗਾ ਆਪਣਾ ਸਿੱਧੂ ਮੂਸੇਵਾਲਾ, ਇਹ ਸਿੱਧੂ ਮੂਸੇਵਾਲੇ ਦੇ ਫੈਨ ਲੱਗਦਾ ਮੈਨੂੰ, ਕਟਰ ਪੈਣਾ ਹੈਗਾ ਭਾਜੀ। ਇਹ ਕਿੰਨੇ ਐਚ ਪੀ ਹੈਗਾ ਮਾੜਾ ਇਹ ਦੱਸੋਗੇ ਭਾਜੀ? 42 ਐਚ ਪੀ। ਇੱਥੇ ਆ ਕੇ ਦੱਸੋ ਨਾ। ਨਹੀਂ, 42 ਐਚ ਪੀ ਆ। ਤੇ ਭਾਜੀ ਫਿਰ ਆ ਕਾਹਦਾ ਕੰਮ ਕੀਤਾ ਤੁਸੀਂ, 35 ਦੇ ਕਾਹਦੇ ਲਵਾਏ ਸਟਿੱਕਰ? ਭਾਜੀ ਇਹਦੇ ਨਾਲ ਮਿਲੇ ਨਹੀਂ ਸੀ ਆਪਾਂ ਨੂੰ। ਅੱਛਾ, 42 ਜੀ ਮਿਲੇ ਨਹੀਂ ਸੀ, ਤਾਂ ਕਿ 35 ਲਵਾਤੇ ਆਪਾਂ। ਠੀਕ ਆ, ਥੋੜਾ ਠੀਕ ਠਾਕ ਲੱਗੇ। ਹਾਂ, ਤੇ ਹੋਰ ਕੀ ਕੰਮ ਕਰਾਇਆ ਇਹਦਾ? ਹੋਰ ਕੰਮ ਆਪਾਂ ਕੋਈ ਨਹੀਂ ਕਰਾਇਆ। ਅੱਛਾ, ਕਿੱਥੋਂ? ਹਿਮਾਚਲ ਚੋਂ ਲਿਆ ਸੀ ਤੁਸੀਂ? ਹਾਂਜੀ। ਕਿੰਨੇ ਦਾ ਪਿਆ ਤੁਹਾਨੂੰ? ਇਹ ਆਪਾਂ ਨੂੰ 1,80,000 ਦਾ ਲਿਆ ਸੀ। ਅੱਛਾ, ਕੀ ਕੰਮ ਕਰਦੇ ਤੁਸੀਂ? ਸਾਡਾ ਸੜਕਾਂ ਦਾ ਕੰਮ, ਰੋਡ ਦਾ। ਅੱਛਾ, ਕਲੋਨੀਆਂ ਦੇ? ਹਾਂਜੀ। ਪ੍ਰਾਈਵੇਟ ਕੰਮ ਕਰਦੇ ਜੀ? ਹਾਂਜੀ, ਪ੍ਰਾਈਵੇਟ। ਅੱਛਾ, ਠੀਕ ਆ। ਤੇ ਹੋਰ ਕੋਈ ਮੋਡੀਫਿਕੇਸ਼ਨ ਤੇ ਨਹੀਂ ਕਰਾਈ ਇਹਨੇ? ਨਹੀਂ ਨਹੀਂ ਨਹੀਂ। ਪੰਪ ਪੁੰਪ ਤੇ ਕੋਈ ਛੇੜ ਕਰਨੀ? ਨਾ। ਭਜਦਾ ਕਿੰਨਾ ਗਿਆ? ਭਜਦਾ ਭਾਈ 40-50 ਟੱਪ ਜਾਂਦਾ ਇਹ। ਇਹਦਾ ਮਤਲਬ ਕਿ ਨੋਰਮਲ ਹੀ ਹੈਗਾ? ਠੀਕ ਹੈ, ਠੀਕ। ਤੇ ਆਹ ਟਾਇਰ ਬੜੇ ਤਗੜੇ ਪਵਾਏ ਤੁਸੀਂ ਮਗਰ ਲੈ। ਟਾਇਰ ਉਹ ਫਿਰ ਮਿੱਟੀ 'ਚ ਸਲੈਪ ਨਾ ਕੱਢਣਾ ਤਾਂ ਕਰਕੇ। ਅੱਛਾ, ਤਗੜੇ ਕਿਹੜੇ 18 ਦੇ ਪਵਾਤੇ? ਨਹੀਂ, ਇਹਨੂੰ ਵੈ 13 ਦੇ ਹੁੰਦੇ ਨਾ, 13 ਦੇ ਹੁੰਦੇ, 14 ਦੇ ਪਵਾਏ। ਹੋਰ ਨੂੰ ਵੀ ਤਗੜੇ ਲਵਾਈ ਫਿਰਦੇ ਜੇ ਤੁਸੀਂ। ਆਹ ਵੇਖੋ ਹੁਣ ਕਰਤਾ ਆਪਾਂ ਸਟਾਰਟ, ਬਾਕੀ ਤੁਸੀਂ ਆਵਾਜ਼ ਵੇਖ ਹੀ ਸਕਦੇ ਜੇ। ਪ੍ਰੈਸ਼ਰ ਲੱਗਾ ਇਹਨੂੰ, ਜੈਕ ਲੱਗਾ ਵਾ? ਨਹੀਂ ਜੈਕ ਨਹੀਂ, ਜੈਕ ਖੋਲਿਆ, ਜੈਕ ਲੱਗਦਾ। ਚਲੋ ਠੀਕ ਹੈ ਗਾਈਸ, ਨੈਕਸਟ ਬਲੌਗ 'ਚ ਮਿਲਦੇ ਹਾਂ ਤੁਹਾਨੂੰ। ਤੁਹਾਨੂੰ ਟਰੈਕਟਰ ਵਿਖਾਤਾ ਵਾ ਅਤੇ ਹੋਰ ਵੀ ਕੰਮ ਵਿਖਾਉਂਦੇ ਤੁਹਾਨੂੰ। ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ।